ਜਾਣੋ ਸਿੱਧੂ ਮੂਸੇਵਾਲੇ ਦੀ ਕੁੱਲ ਸੰਪਤੀ। ਇਹਨਾਂ ਚੀਜ਼ਾਂ ਦਾ ਵੀ ਸ਼ੌਂਕ ਰੱਖਦਾ ਸੀ ਮੂਸਾ ਜੱਟ। ਵੈਸੇ ਤਾਂ ਇਹ ਗੱਲ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲੇ ਦੀ ਸਾਲ 2022 ਦੇ ਵਿੱਚ ਮਾਨਸਾ ਜ਼ਿਲ੍ਹੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਰਕੇ ਉਹਨਾਂ ਦੇ ਘਰ ਵਿੱਚ ਪਿਛਲੇ 2 ਸਾਲਾਂ ਤੋਂ ਰੌਣਕ ਨਹੀਂ ਸੀ। ਪਰ ਹਾਲ ਹੀ ਦੇ ਵਿੱਚ ਸਿੱਧੂ ਦੇ ਛੋਟੇ ਭਾਈ ਨੇ ਜਨਮ ਲਿੱਤਾ, ਜਿਸ ਕਰਕੇ ਉਹਨਾਂ ਦੇ ਫੈਨਸ ਕਾਫ਼ੀ ਖੁਸ਼ੀ ਮਨਾ ਰਹੇ ਨੇ ਅਤੇ ਕਈਆਂ ਨੇ ਤਾਂ ਇਸ ਦੀ ਖੁਸ਼ੀ ਦੇ ਵਿੱਚ ਕੇਕ ਵੀ ਕੱਟਿਆ। ਪਰ ਅੱਜ ਅਸੀਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਕੁੱਲ ਨੈੱਟਵਰਥ ਦੀ, ਕਿ ਉਹਨਾਂ ਦੇ ਕੋਲ ਕਿੰਨੀ ਪ੍ਰੋਪਰਟੀ ਸੀ। ਵੈਸੇ ਤਾਂ ਸਿੱਧੂ ਮੂਸੇਵਾਲਾ ਕਰੋੜਾਂ ਦਾ ਮਾਲਕ ਸੀ, ਤਾਂ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹ ਕਰੋੜਾਂ ਦੀ ਸੰਪਤੀ ਛੱਡ ਗਿਆ ਸੀ, ਜਿਸਦਾ ਹੱਕਦਾਰ ਹੋਰ ਕੋਈ ਨਹੀਂ ਬਲਕਿ ਹੁਣ ਉਸਦਾ ਛੋਟਾ ਭਾਈ ਹੈ, ਯਾਨੀ ਕਿ ਛੋਟਾ ਮੂਸੇਵਾਲਾ। ਸਿੱਧੂ ਨੇ ਆਪਣੀ ਆਵਾਜ਼ ਦੇ ਦਮ 'ਤੇ ਇੰਟਰਨੈਸ਼ਨਲ ਲੈਵਲ 'ਤੇ ਫੇਮ ਹਾਸਿਲ ਕੀਤਾ ਸੀ, ਤਾਂ ਵੈਸੇ ਤਾਂ ਉਹਨਾਂ ਦਾ ਰਹਿਣਾ ਸਹਿਣਾ ਬਿਲਕੁਲ ਸਿੰਪਲ ਸੀ, ਪਰ ਆਪਣੀ ਮਿਹਨਤ ਦੇ ਚੱਲਦੇ ਅਤੇ ਰੱਬ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਨੇ ਕਰੋੜਾਂ ਦੀ ਪ੍ਰੋਪਰਟੀ ਹਾਸਿਲ ਕਰ ਲਈ ਸੀ। ਪਰ ਇਸ ਦੁਨੀਆ 'ਤੇ ਹੁਣ ਉਹ ਨਹੀਂ ਰਹੇ, ਤਾਂ ਇਸ ਜਾਇਦਾਦ ਦਾ ਵਾਰਿਸ ਹੋਰ ਕੋਈ ਨਹੀਂ ਬਲਕਿ ਉਹਨਾਂ ਦਾ ਛੋਟਾ ਭਰਾ ਛੋਟਾ ਮੂਸੇਵਾਲਾ ਹੀ ਹੈ। ਸਿੱਧੂ ਦੀ ਫੇਮ ਦਾ ਅੰਦਾਜ਼ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਉਹਨਾਂ ਨੇ ਸਾਲ 2022 'ਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਮਾਨਸਾ ਵੱਲੋਂ ਇਲੈਕਸ਼ਨ ਵੀ ਲੜਿਆ ਸੀ, ਹਾਲਾਂਕਿ ਉਹ ਨਹੀਂ ਜਿੱਤ ਪਾਏ ਸੀ। ਪਰ ਉਸ ਸਮੇਂ ਉਹਨਾਂ ਦਾ ਇੱਕ ਐਫੀਡੈਵਿਟ ਦੇ ਹਿਸਾਬ ਨਾਲ ਉਹਨਾਂ ਦੀ ਕੁੱਲ ਨੈੱਟਵਰਥ 7,81,381 ਰੁਪਏ ਸੀ, ਹਾਲਾਂਕਿ ਕਈ ਵੈਬਸਾਈਟਸ ਇਹ ਵੀ ਦਾਅਵਾ ਕਰਦੀਆਂ ਕਿ ਉਹਨਾਂ ਦੇ ਕੋਲ ਕੁੱਲ ਸੰਪਤੀ 30 ਕਰੋੜ ਦੀ ਸੀ, ਪਰ ਇਸ ਗੱਲ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਜਿੱਥੇ ਆਪਣੇ ਗਾਣਿਆਂ ਦੇ ਵਿੱਚ ਵੀ ਗੱਡੀਆਂ ਦੀ ਚਮਕ ਦਮਕ ਦਾ ਜ਼ਿਕਰ ਕਰਦਾ ਸੀ, ਉੱਥੇ ਉਹ ਆ ਖੁਦ ਵੀ ਕਈ ਲਗਜ਼ਰੀ ਗੱਡੀਆਂ ਦਾ ਸ਼ੌਂਕ ਰੱਖਦਾ ਸੀ। ਉਹਨਾਂ ਦੀ ਕਾਰ ਕਲੈਕਸ਼ਨ ਦੇ ਵਿੱਚ 26 ਲੱਖ ਦੀ ਇੱਕ ਫੋਰਚੂਨਰ ਅਤੇ ਇੱਕ ਜੀਪ ਵੀ ਸ਼ਾਮਿਲ ਸੀ, ਹਾਲਾਂਕਿ ਉਸਨੂੰ ਕਈ ਵਾਰ ਰੇਂਜ ਰੋਵਰ ਦੇ ਵਿੱਚ ਵੀ ਆਉਂਦੇ ਜਾਂਦੇ ਹੋਏ ਦੇਖਿਆ ਗਿਆ। ਪਰ ਵੈਸੇ ਦੇਖਿਆ ਜਾਵੇ ਤਾਂ ਇਸ ਗੱਲ ਦਾ ਦੁੱਖ ਤਾਂ ਫੈਨਸ ਨੂੰ ਹਮੇਸ਼ਾ ਹੀ ਰਹੂਗਾ ਕਿ ਸਿੱਧੂ ਹੁਣ ਸਾਡੇ ਵਿੱਚ ਨਹੀਂ ਹੈ, ਪਰ ਇਸ ਗੱਲ ਦੀ ਖੁਸ਼ੀ ਵੀ ਬਹੁਤ ਹੈ ਕਿ ਸਿੱਧੂ ਦੇ ਵਿਹੜੇ ਵਿੱਚ ਦੁਬਾਰਾ ਖੁਸ਼ੀਆਂ ਲੱਗੀਆਂ ਨੇ, ਉਹਨਾਂ ਦੇ ਘਰ ਦੁਬਾਰਾ ਰੌਣਕਾਂ ਆਈਆਂ ਨੇ। ਸਿੱਧੂ ਦੇ ਛੋਟੇ ਭਾਈ ਛੋਟੇ ਮੂਸੇਵਾਲਾ ਨੇ ਜਨਮ ਲਿੱਤਾ,